ਪੰਜਾਬੀ ਅਖਤਿਆਂ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਨਿੱਤ ਨਵੇਂ ਵੱਡੇ ਫੈਸਲੇ ਲਏ ਜਾਂਦੇ ਹਨ ਤੇ ਹੁਣ ਇੱਕ ਮਿਸਾਲੀ ਫੈਸਲੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੂੰਗੀ ਕਾਸ਼ਤਕਾਰਾਂ ਦਾ ਉਤਸ਼ਾਹ ਵਧਾਉਣ ਲਈ ਸਮਰਥਨ ਮੁੱਲ ਤੋਂ ਘੱਟ ਉੱਤੇ ਵਿਕੀ ਮੂੰਗੀ ਦੇ ਮੁੱਲ ਦੀ ਭਰਪਾਈ ਸਰਕਾਰ ਵੱਲੋਂ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਘੱਟ ਮਿਲੇ ਮੁੱਲ ਬਦਲੇ 1000 ਰੁਪਏ ਪ੍ਰਤੀ ਕੁਇੰਟਲ ਤੱਕ ਦਿੱਤੇ ਜਾਣਗੇ। ਇੱਥੇ ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਕਿਸਾਨਾਂ ਦੇ ਹਿੱਤਾਂ ਲਈ ਦਿੱਤੀ ਸਰਾਹਤ ਸੰਬੰਧੀ ਕਿਸੇ ਕਿਸਮ ਦਾ ਕੋਈ ਟਾਲਾ ਨਾ ਵੱਟਿਆ ਜਾਵੇ ਅਤੇ ਹਰੇਕ ਕਿਸਾਨ ਨੂੰ ਇਸ ਦਾ ਲਾਭ ਮਿਲੇ। ਉਹਨਾਂ ਨੇ ਕਿਹਾ ਕਿ ਇਹ ਰਾਸ਼ੀ ਸਾਰੇ ਮੂੰਗੀ ਕਾਸ਼ਤਕਾਰਾਂ ਸਮੇਤ ਉਹਨਾਂ ਕਿਸਾਨਾਂ ਨੂੰ ਵੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣੀ ਫਸਲ ਪਹਿਲਾਂ ਹੀ ਵੇਚ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਸੰਬੰਧੀ ਨਿਯਮਾਂ ਵਿੱਚ ਲੋੜੀਂਦੀ ਸੋਧ ਵੀ ਕਰ ਦਿੱਤੀ ਗਈ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਅਤੇ ਹੁਣ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਹਲਕੇ ਦੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ। ਖਾਸ ਤੌਰ ਤੇ NRI ਪਰਿਵਾਰਾਂ ਲਈ ਬਹੁਤ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਪ੍ਰਾਈਵੇਟ ਬੱਸਾਂ ਹੀ 에ਅਰਪੋਰਟ ਤੱਕ ਜਾਂਦੀਆਂ ਹਨ, ਸਰਕਾਰੀ ਬੋਲਵੋ ਬੱਸ ਸੇਵਾ ਸ਼ੁਰੂ ਹੋਣੀ ਚਾਹੀਦੀ ਹੈ। ਉਸ ਮੰਗ ਨੂੰ ਮੁੱਖ ਰੱਖਦੇ ਹੋਏ ਸੂਬੇ ਵਿੱਚ ਟਰਾਂਸਪੋਰਟ ਮਾਫੀਆ ਖਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੋਲਵੋ ਬੱਸਾਂ ਸ਼ੁਰੂ ਕੀਤੀਆਂ ਹਨ। ਮੁੱਖ ਮੰਤਰੀ ਦੇ ਇਸ ਐਲਾਨ ਦਾ ਮੋਗਾ ਜ਼ਿਲ੍ਹਾ ਦੇ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਦਹਾਕਿਆਂ ਤੋਂ ਸਿਰਫ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਇਸ ਰੂਟ ਉੱਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਇਨ੍ਹਾਂ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਇਸ ਕਾਰੋਬਾਰ ਉੱਤੇ ਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਸੀ। ਬਰਗਾੜੀ ਬੇਅਦਬੀ ਮਾਮਲੇ ਤੇ SIT ਦੀ 467 ਪੰਨਿਆਂ ਦੀ ਅੰਤਿਮ ਰਿਪੋਰਟ ਨੇ ਇਨ੍ਹਾਂ ਘਟਨਾਵਾਂ ਲਈ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਇੱਥੇ ਸਿੱਖ ਆਗੂ ਨੂੰ ਬੇਅਦਬੀ ਮਾਮਲਿਆਂ ਬਾਰੇ ਪੰਜਾਬ ਪੁਲਿਸ ਦੀ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ। SIT ਦੇ ਪ੍ਰਿੰਸੀਪਲ ਇੰਸਪੈਕਟਰ ਜਨਰਲ SPS ਪਰਮਾਰ ਨੇ ਕਿਹਾ ਕਿ ਰਿਪੋਰਟ ਨੂੰ ਪਹਿਲੀ ਵਾਰ ਜਨਤਕ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦਾ ਧਿਆਨ ਨਾਲ ਵਿਸ਼ਲੇਸ਼ਣ ਕੀਤਾ ਗਿਆ ਸੀ ਤੇ ਪੰਜਾਬ ਦੇ DGP ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ। ਇਸ ਰਿਪੋਰਟ ਵਿੱਚ ਬੇਅਦਬੀ ਦੇ ਪੁਰਾਣੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜਾਂਚ ਲਈ ਬਣਾਈਆਂ ਗਈਆਂ ਸਾਰੀਆਂ ਕਮੇਟੀਆਂ ਦਾ ਵੀ ਇਸ ਰਿਪੋਰਟ ਵਿੱਚ ਜ਼ਿਕਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸੂਬੇ ਦੀਆਂ ਮੰਡੀਆਂ ਵਿੱਚ ਆ ਰਹੀ ਮੂੰਗੀ ਦੀ ਸਾਰੀ ਫਸਲ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦੇ ਅਤੇ ਜਿਹੜੇ ਕਿਸਾਨਾਂ ਨੇ ਪ੍ਰਾਈਵੇਟ ਵਪਾਰੀਆਂ ਨੂੰ ਜਿਨਸ ਵੇਚ ਕੇ ਘਾਟਾ ਝੱਲਿਆ ਹੈ ਉਹਨਾਂ ਨੂੰ 10 ਜੁਲਾਈ ਤੱਕ ਮੁਆਵਜ਼ਾ ਦਿੱਤਾ ਜਾਵੇ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਉਣ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਏਜੰਸੀਆਂ ਨੂੰ ਸਪਸ਼ਟ ਹਦਾਇਤ ਕੀਤੀ ਜਾਵੇ ਕਿ ਉਹ ਸੂਬੇ ਦੀਆਂ ਮੰਡੀਆਂ ਵਿੱਚ ਆ ਰਹੀ ਮੂੰਗੀ ਦੀ ਫਸਲ MSP ਅਨੁਸਾਰ ਖਰੀਦਣ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕਿਸਾਨਾਂ ਨੇ ਆਪਣੀ ਜਿਨਸ ਪ੍ਰਾਈਵੇਟ ਵਪਾਰੀ ਨੂੰ ਘੱਟ ਕੀਮਤ ਤੇ ਵੇਚੀ ਹੈ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ। ED ਵੱਲੋਂ ਗ੍ਰਿਫਤਾਰ ਕੀਤੇ ਗਏ ਤੇ ਕਪੂਰਥਲਾ ਜੇਲ੍ਹ ਵਿੱਚ ਬੰਦ ਕੁਦਰਤਦੀਪ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਭੁਪਿੰਦਰ ਹਣੀ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਜਲੰਧਰ ਅਦਾਲਤ ਵਿੱਚ ਪੇਸ਼ੀ ਕੀਤੀ ਗਈ ਸੀ, ਜਿੱਥੇ ਉਹਨਾਂ ਦੋਹਾਂ ਦੀ ਨਿਆਇਕ ਹਿਰਾਸਤ 13 ਜੁਲਾਈ ਤੱਕ ਵਧਾ ਦਿੱਤੀ ਹੈ। ਦੱਸ ਦੇ ਕਿ ਭੁਪਿੰਦਰ ਹਣੀ ਨੂੰ ਬੀਤੇ ਦਿਨੀ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ, ਪਰ ਹਣੀ ਵੱਲੋਂ ਅਜੇ ਤੱਕ ਜ਼ਮਾਨਤ ਨਾ ਭਰੇ ਜਾਣ ਕਰਕੇ ਭੁਪਿੰਦਰ ਹਣੀ ਅਤੇ ਕੁਦਰਤਦੀਪ ਦੀ ਜਲੰਧਰ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਹੋਈ ਹੈ, ਜਿੱਥੇ ਉਹਨਾਂ ਦੋਹਾਂ ਦੀ ਨਿਆਇਕ ਹਿਰਾਸਤ 13 ਜੁਲਾਈ ਤੱਕ ਵਧਾ ਦਿੱਤੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ। ਦੋਸਤੋ, ਪਿਛਲੇ ਦਿਨੀ ਮੈਂ ਬਹੁਤ ਨਿਮਰਤਾ ਨਾਲ ਅਪੀਲ ਕੀਤੀ ਸੀ ਪੰਜਾਬੀਆਂ ਨੂੰ ਕਿ ਮੂੰਗੀ ਬੀਜੀਏ ਅਤੇ ਅਸੀਂ 7275 ਰੁਪਏ ਉਹਦਾ MSP ਦੇਵਾਂਗੇ। ਮੇਰੇ ਕਹੇ 'ਤੇ ਲਗਭਗ 1.25 ਲੱਖ ਏਕੜ ਮੂੰਗੀ ਬੀਜੀ ਗਈ, ਪਰ ਪਿਛਲੇ ਕੁਝ ਦਿਨਾਂ ਤੋਂ ਮੂੰਗੀ ਦੀ ਜਿਹੜੀ ਕੁਆਲਿਟੀ ਹੈ ਉਹਦੇ 'ਤੇ ਕੁਝ ਸਵਾਲ ਉੱਠੇ ਨੇ। 15% ਮੂੰਗੀ ਹਜੇ ਤੱਕ ਮਾਰਕ ਫੈਡ ਨੇ ਖਰੀਦੀ ਹੈ ਅਤੇ ਜੋ ਸੈਂਟਰ ਸਰਕਾਰ ਨੇ ਖਰੀਦਣੀ ਸੀ ਨਾਫਾਡ ਨੇ, ਉਹਨਾਂ ਨੇ ਕਿਹਾ ਜੀ ਕੁਆਲਿਟੀ ਠੀਕ ਨਹੀਂ ਹੈਗੀ। ਸੋ ਅਸੀਂ ਅੱਜ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਹੇ ਹਾਂ। ਮਾਰਕ ਫੈਡ ਜਿਹੜੇ ਆ ਉਹ ਰਿਲੈਕਸੇਸ਼ਨ ਦੇ ਰਹੀ ਹੈ ਕੁਆਲਿਟੀ ਦੇ ਵਿੱਚ। ਜੇ ਕਿਸੇ ਦੀ ਮੂੰਗੀ ਫਰਜ਼ ਕਰੋ 7000 ਰੁਪਏ ਕੁਇੰਟਲ ਵਿਕੀ ਹੈ ਤਾਂ ਪੰਜਾਬ ਗੌਰਮੈਂਟ 275 ਰੁਪਈਏ ਉਹਨੂੰ ਭੱਤਾ ਦੇਊਗੀ, ਇਨਸੈਂਟਿਵ ਦੇਊਗੀ, ਯਾਨੀ ਕਿ MSP ਦੇ ਨਾਲ ਬਰਾਬਰ ਕਰ ਦਾਂਗੇ। 7000 'ਚ ਵਿਕੀ 275 ਹੋ ਗਏ, 72-75 ਹੋ ਗਏ। ਜੇ ਕਿਸੇ ਦੀ ਮੂੰਗੀ 6500 ਨੂੰ ਵਿਕੀ ਹੈ ਤਾਂ ਉਹਨੂੰ ਅਸੀਂ ਫਿਰ 72-75 ਕਰਨ ਲਈ ਜਿਹੜਾ ਫਰਕ ਹੈ
775 का वो देवे जी, पर मूंगी चक्की जाऊगी। जे किसी की मूंगी खराब तो खराब क्वालिटी 6000 की भी बिकी है, चाहे वह इदू पहले बिक चुकी है, साढ़े को डाटा सारा, तो उन्होंने असी 1000 रुपया यानी उन्होंने 7000 तक असी पर क्विंटल पैसे देवे, क्योंकि मूंगी मैं अपने कहे तो अपनी बेनती तो भिजवाई सी, इस करके मेरी ड्यूटी बनती है, मेरा फर्ज बनता है कि मैं घाटा ना पैन देव। सो ये वास्ते वित्त विभाग में लिख दिता गया जिनी भी मूंगी जो तुम बेच भी आए हो घट भाते तो बराबर करने लिए MSP दे असी उहदा जिहड़ा फर्क है डिफरेंस है वो तुहानू पे करांगे, वो तुहानू जारी करांगे। सो बिल्कुल फिक्र करन दी लोड़ नहीं, असी तुहाडे नाल खड़े हां। ते होर जिन्नियां भी आउण वालियां स्कीमां ने उहनां बारे मैं तुहानू समें समें ते इनफॉर्म करदा रहूँगा। बहुत बहुत मेहरबानी, सति श्री अकाल। देखो वो अगे भी कई बार गल हो चुकी है कि जिहड़ा मटीरियल वरत्या गया जिहड़ियां 825 बसां मगरले 3 महीनों के कांग्रेस सरकार के वेले पाइया बिल्कुल घटिया मटीरियल वरत्या गया तो उहदी जिहड़ी आ उह जांच चल रही आ। जिन्ने कंपनी ने घटिया मटीरियल वरत्या होगा जां कोई भी दोषी होगा उत्ते बनदी कार्रवाई होगी। देखो जो भी कानून आपके हाथ रहेगा भावें कोई टिप्पर ओवरलोड जाता जां ट्रक जाता जां बसां ओवरलोड जांदियां असी RTA साहबान जिहड़े साडे GM आ उन्हां नूं निर्देश कीते आ कि जिहड़ा भी गलत काम करदा उस ते बनदी कानूनी कार्रवाई होगी। पिछले 3 महीनों के तुसां आप ही वेख्या होना 104% जिहड़ा ट्रांसपोर्ट महकमे का मालिया वध गया, डबल हो गया, दुगना हो गया। तो आने वाले दिनों साडे मानयोग मुख्यमंत्री सरदार भगवंत सिंह मान जी, साडे नैशनल कन्वीनर श्री अरविंद केजरीवाल जी बड़े सियाने ते सूझवान ने, जिहड़ी वोल्वो बसां दिल्ली एयरपोर्ट ते जांदियां सन जिहड़े साडे NRI भैणां भरावां दी बड़े चिर दी मंग सी, जिहड़े साडे पंजाबियां दी बड़े चिर दी मंग सी, उह वी शुरू करतीआं, उह तों वी आमदन वध रही आ। ते जिहड़ियां साडियां ट्रांसपोर्ट विभाग दीआं PRTC दीआं जां रोडवेज दीआं पन बस दीआं बसां उहनां दी वी आमदन वी अगे नालों दुगनी हो गई। आउण वाले समें च इह ट्रांसपोर्ट विभाग जिहड़ा कदे रेवन्यू च बड़ा वड्डा योगदान पाउंदा है पंजाब नूं चलाउण च, ये फिर तो रेवन्यू उस तरह वधेगा तो पंजाब मुड़ तौलियां ते होवेगा। देखो लर्निंग लाइसेंस जिहड़े कि 1 साल के 5.5 लाख 5.5 लाख के करीब बनते सन, मानयोग मुख्यमंत्री सरदार भगवंत सिंह मान जी ने ऑनलाइन करते, वो लोगों की खज्जल खरारी खत्म हुई, रिश्वतखोरी खत्म हुई, तो लोगों जिहड़ियां सहूलतां मिल रही तो लोग खुश ने। हौली हौली सारा सिस्टम ऑनलाइन किया जाएगा ता जो लोग घर बैठे ऑनलाइन आपदियां जिहड़ियां सहूलतां प्राप्त कर सकन। बॉर्डर एरिया पिंडां दे पासा बहुत घट ने, सर्वे करवा रहे हैं जिहड़े रूट बंद पए वो भी चलणगे, तो जिथे नहीं रूट हैगे परमिट नहीं हैगे उत्थे सर्वे करवा के लोगों की मांग अनुसार बसां चल। जिहड़ा साडा कंप्लेनेंट गुरमीत सिंह रामपुर पिंड दा रहण वाला सबका सरपंच, उन्हें अपने लड़के सौरभ भट्टी के नाँ से 2 एकड़ जमीन की तब्दील मिलकीयत कराई थी, तो जरा तब्दील मिलकीयत का इंतकाल चढ़ना सी जरा पटवारी मानवदीप सिंह है ये कटारियाँ का जो कोई वाधू चार्ज सीगा इन्हें जरा वह इंतकाल दर्ज नहीं किया पहला तो उन्हें काफ़ी गेड़े गुड़े मारे ये को फिर उन्हें कंप्लेटा भी की SDM साहब को DC साहब को CM साहब न लेकिन वह यदा इंतकाल दर्ज नहीं किया। फिर जो कंप्लेटा कीतिया तो यदा इन्हें एक अगे करिंदा रख्या होया सीगा अपने नाल प्राइवेट बंदा काम करने वास्ते जड़ा लवी नाँ का नवजोत कुमार इलियस लवी ओदे राही जड़ी है यह लोगों को रिश्वत की डिमांड करता सी। इन्होंने एक क्योंकि हुण काफ़ी विजिलेंस वालों सरकार वालों भी तो विजिलेंस वालों काफ़ी सख्ती की हुई है करप्शन के अगेंस्ट, इन्होंने एक नवा तरीका लभ्या कि एक जगेश शर्मा नाम का बंदा है ओड़ पिंड ओड़ के अड्डे के जिहड़ी आ उहदी जय अंबे एंटरप्राइज नाँ के उत्ते ऑनलाइन सर्विसिज जिहड़ियां उह दिंदा है दुकान खोली हुई है दफ्तर उत्थे जाके उहदे नाल गल्लबात करके उहदा Google Pay अकाउंट जिहड़ा सीगा उहदा इन्हां ने बारकोड लै लिया ते जिहड़ा लोकां कोलों रिश्वत की जिहड़ी राशि की जिहड़ी मंग करदे सीगे उह Google Pay राहीं उत्थे जिहड़ा उहदे Google Pay दे उत्ते करवा दिंदे सीगे। उत्थों जाके फिर इह अगे जा बाद दे विच जिहड़ा आ उहदे कोलों कैश लै आउंदे सी उहदी कमीशन जिहड़ी आ दे के।
ਸਾਡੇ ਕੰਪਲੇਨੈਂਟ ਦੇ ਕੋਲੋਂ ਵੀ ਇਹਨਾਂ ਨੇ ਜਿਹੜਾ ਗੁਰਮੀਤ ਸਿੰਘ ਸੀਗਾ ਉਹਦੇ ਕੋਲੋਂ 2,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਉਹਨੇ ਫਿਰ ਜਿਹੜਾ ਕਿਹਾ ਵੀ ਮੈਂ ਇਸ ਟਾਈਮ ਮੋਬਾਈਲ 'ਤੇ ਕਿੱਦਾਂ ਪੈਸੇ ਜਿਹੜਾ ਤੈਨੂੰ ਪਾ ਦਿਆਂ, ਉਹ ਕਹਿੰਦਾ ਵੀ ਆਹ ਮੈਂ ਤੈਨੂੰ ਨੰਬਰ ਦਿੰਦਾ ਅਤੇ ਜਿਹੜਾ ਯੋਗੇਸ਼ ਸ਼ਰਮਾ ਦਾ ਗੂਗਲ ਪੇ ਨੰਬਰ ਦਿੱਤਾ ਮੋਬਾਈਲ ਦਾ, ਉਹਦੇ 'ਤੇ ਜਿਹੜੀ ਆ ਪੇਮੈਂਟ ਕਰਵਾ ਲਈ। ਅਤੇ ਇਹਦੇ ਵਿੱਚ ਜਿਹੜਾ ਅਸੀਂ ਜਿਹੜੀ ਆ ਦਰਖਾਸਤ ਦੀ ਪੜਤਾਲ ਕਰਕੇ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਕੱਲ੍ਹ ਜਿਹੜਾ ਮਾਨਵਦੀਪ ਪਟਵਾਰੀ ਅਤੇ ਜਿਹੜਾ ਨਵਜੋਤ ਕੁਮਾਰ ਇਲੇਸ ਲਵੀ ਆ, ਇਹਨਾਂ ਦੋਨਾਂ ਨੂੰ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਅਤੇ ਜਿਹੜਾ ਯੋਗੇਸ਼ ਸ਼ਰਮਾ ਆ ਉਹਨੂੰ ਵੀ ਸ਼ਾਮਲ ਤਫਤੀਸ਼ ਕੀਤਾ ਹੈ। ਅਸੀਂ ਲੋਗੋ ਕਹਿੰਦੇ ਹਾਂ, ਮਾਨ ਸਾਹਿਬ ਕਹਿੰਦੇ ਲੋਕ ਲਾਗ ਲੋਕ ਲੋਗੋ ਕਾ ਬਹੁਤ ਬੜਾ ਗੁੱਸਾ ਥਾ, ਇਸ ਲਈ ਉਹਨੇ ਉਸ ਵਕਤ ਹਰਸਿਮਰਤ ਕੌਰ ਨੇ ਇੱਕ ਡਰਾਮਾ ਕੀਆ ਔਰ ਅਸਤੀਫਾ ਦੇ ਦਿਆ। ਅੱਜ ਅਸੀਂ ਇੱਕ ਬਹੁਤ ਵੱਡਾ ਵੈਟ ਘੁਟਾਲਾ ਹੋਇਆ ਪੰਜਾਬ ਦੇ ਵਿੱਚ ਸੰਨ 2009 ਤੋਂ ਲੈ ਕੇ 2012 ਤੱਕ, ਇਹ ਲਗਭਗ 44,000 ਕਰੋੜ ਰੁਪਏ ਦਾ ਔਨ ਕਰਤਾ ਸੀ, ਲਗਭਗ 44,000 ਕਰੋੜ ਰੁਪਏ ਦਾ ਘੁਟਾਲਾ ਇਹ। ਔਰ ਅਨਫੋਰਚੁਨੇਟਲੀ ਉਸ ਵਕਤ ਜਿਹੜੇ ਉੱਥੇ ਤੈਨਾਤ ਸੀ ਆਫਿਸਰਸ ਹਾਈ ਅਪਸ, ਉਹਨਾਂ ਨੇ ਇਸ ਨੂੰ ਜਾਣ ਬੁੱਝ ਕੇ ਇਹਨੂੰ ਠੰਡੇ ਬਸਤੇ 'ਚ ਪਾ ਦਿੱਤਾ। ਅੱਜ ਮੇਰੇ ਨਾਲ ਇਸ ਘੁਟਾਲੇ ਨੂੰ ਜਿਹੜਾ ਮੇਰੇ ਧਿਆਨ ਵਿੱਚ ਲੈ ਕੇ ਆਏ ਨੇ ਹੁਣ ਪਿਛਲੇ ਕੁਛ ਦਿਨਾਂ 'ਚ, ਮੇਰੇ ਨਾਲ ਫੋਰਮਰ ਆਰਮੀ ਕੈਪਟਨ ਨੇ, ਕੈਪਟਨ YS ਮੱਟਾ, ਇਹ ਆਫਟਰ ਲੀਵਿੰਗ ਆਰਮੀ ਇਹਨਾਂ ਨੇ ਫਿਰ ਪੰਜਾਬ ਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਵਿੱਚ ਬਤੌਰ DETC ਕੰਮ ਕੀਤਾ, ਹੁਣ ਰਿਟਾਇਰਡ ਨੇ। ਔਰ ਜਦੋਂ ਇਹਨਾਂ ਨੇ ਮੇਰੇ ਮਨ ਧਿਆਨ 'ਚ ਲੈ ਕੇ ਆਏ ਬਜਟ ਇਜਲਾਸ ਤੋਂ ਪਹਿਲਾਂ, ਮੈਂ ਵਿਸ਼ੇਸ਼ ਤੌਰ 'ਤੇ ਪਹਿਲਾਂ ਜਿਹੜੇ ਚੀਫ ਮਿਨਿਸਟਰ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਨੇ ਵੈਨਿਊ ਪ੍ਰਸ਼ਾਦ, ਸ਼ਾਇਦ ਉਹ ਵੀ ਰਹਿ ਚੁੱਕੇ ਨੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਮੈਂ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੂੰ ਮੈਸੇਜ ਕੀਤਾ ਕਿ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਮਿਲ ਕੇ ਦੇਣਾ ਚਾਹੁੰਦਾ, ਇਹ ਬਹੁਤ ਵੱਡਾ ਘੁਟਾਲਾ ਵਾ, ਤਾਂ ਕਿ ਇਹਦੀ ਪ੍ਰੋਪਰ ਜਾਂਚ ਹੋ ਜਾਵੇ, ਚਾਹੇ ਵਿਜੀਲੈਂਸ ਜਾਂਚ ਹੋ ਜਾਵੇ ਜਾਂ ਆਡਿਟ ਸਪੈਸ਼ਲ ਹੋ ਜਾਵੇ ਫਰੋਮ ਦਾ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ ਔਰ ਪੰਜਾਬ ਸੋਰੀ। ਤਾਂ ਉਹਨਾਂ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰੂੰਗਾ ਤੁਹਾਡੀ ਚੀਫ ਮਿਨਿਸਟਰ ਸਾਹਿਬ ਨਾਲ ਮੁਲਾਕਾਤ ਕਰਾਊ। ਲੱਕੀਲੀ ਸੈਸ਼ਨ ਦੇ ਮੇਰੇ ਖਿਆਲ ਪਹਿਲੇ ਦਿਨ ਹੀ ਜਦੋਂ ਚੀਫ ਮਿਨਿਸਟਰ ਸਾਹਿਬ ਸਦਨ ਵਿੱਚ ਆਏ ਤੇ ਉਹ ਸਾਰਿਆਂ ਨੂੰ ਮਿਲ ਰਹੇ ਸੀਗੇ ਤੇ ਉੱਥੇ ਮੈਨੂੰ ਵੀ ਮਿਲੇ। ਮੈਂ ਉਹਨਾਂ ਨਾਲ ਸਗੋਂ 2 ਮਿੰਟ 1 ਮਿੰਟ ਸਾਈਡ ਤੇ ਹੋ ਕੇ ਗੱਲ ਉਹਨਾਂ ਨੂੰ ਕਿਹਾ ਕਿ ਇੱਕ ਬਹੁਤ ਵੱਡਾ ਘੁਟਾਲਾ ਵਾ ਵੈਟ ਦਾ, ਤੇ ਮੈਂ ਚਾਹੁੰਦਾ ਕਿ ਤੁਸੀਂ ਜੇ ਥੋੜਾ ਸਮਾਂ ਦੇ ਦਿਓ ਸਾਨੂੰ। ਮੇਰੇ ਨਾਲ ਇੱਕ ਇਸ ਡਿਪਾਰਟਮੈਂਟ 'ਚੋਂ ਰਿਟਾਇਰ ਅਫਸਰ ਨੇ ਜਿਨ੍ਹਾਂ ਨੇ ਕਾਫੀ ਤੱਥ ਇਕੱਠੇ ਕੀਤੇ ਔਰ ਹਾਈਕੋਰਟ ਤੱਕ ਵੀ ਪਹੁੰਚ ਕੀਤੀ ਹੋਈ ਇਹਨਾਂ ਨੇ, ਹੀ ਹੈਜ਼ ਗੋਨ ਟੂ ਦੀ ਹਾਈਕੋਰਟ ਬਾਈ ਵੇ ਆਫ ਅ ਪਬਲਿਕ ਇੰਟਰਸਟ ਲਿਟੀਗੇਸ਼ਨ, ਤੇ ਮੈਨੂੰ ਉਹਨਾਂ ਨੇ ਭਰੋਸਾ ਦਵਾਇਆ ਕਿ ਮੈਂ ਅਵਸ਼ ਤੁਹਾਨੂੰ ਮਿਲੂੰਗਾ। ਮੇਰਾ ਖਿਆਲ ਉਦਣ ਡੈਫੀਨੇਟਲੀ ਸ਼ੁੱਕਰਵਾਰ ਦਾ ਦਿਨ ਸੀਗਾ, ਉਹ ਕਹਿੰਦੇ ਸ਼ਨੀਵਾਰ ਐਤਵਾਰ ਮੈਂ ਹੈ ਨੀਗਾ, ਤੇ ਸੋਮਵਾਰ ਤੁਹਾਨੂੰ ਮਿਲ ਕੇ ਅਸੀਂ ਸਾਰੀ ਗੱਲ ਆਪਾਂ ਸਮਝਾਂਗੇ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਦੀ ਜਾਂਚ ਕਰਾਈ ਜਾਵੇ, ਕਿਉਂਕਿ ਅਲਟੀਮੇਟਲੀ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਅਗਰ 3.25 ਲੱਖ ਕਰੋੜ ਦਾ ਕਰਜ਼ਈ ਅੱਜ, ਤਾਂ ਅਕਸਰ ਇਹ ਗੱਲਾਂ ਚਰਚਾ 'ਚ ਆਉਂਦੀਆਂ ਕਿ ਘੁਟਾਲਿਆਂ ਦੇ ਕਰਕੇ ਕਰਜ਼ਈ ਆ।